550ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਸੰਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੁਲਤਾਨਪੁਰ ਲੋਧੀ 'ਚ ਸੰਤ ਸਮਾਜ ਦੇ ਨਾਲ ਬੈਠਕ ਕੀਤੀ ਗਈ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸੰਤ ਸਮਾਜ ਦੇ ਨਾਲ ਮੀਟਿੰਗ ਕਰਕੇ ਉਹਨਾਂ ਤੋਂ ਇਹਨਾਂ ਤਿਆਰੀਆਂ ਦੇ ਵਿੱਚ ਯੋਗਦਾਨ ਦੇ ਲਈ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕਰ ਰਹੀ ਹੈ, ਜਦਕਿ ਇਸ ਦੇ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਰਹੀ ਹੈ, ਜਦਕਿ ਸੰਗਤ ਦੀ ਗਿਣਤੀ ਦਾ ਅਨੁਮਾਨ ਅਜੇ ਤੱਕ ਨਹੀਂ ਲਗਾਇਆ ਜਾ ਸਕਦਾ। ਜਿਹੜੇ ਸੰਤ ਸਮਾਜ ਹੈ ਸਾਡਾ, ਉਹ ਸੰਤ ਸਮਾਜ ਬੜੇ ਸਤਿਕਾਰਯੋਗ ਨੇ। ਅਸੀਂ ਉਹਨਾਂ ਨੂੰ ਅੱਜ ਉਰੇ ਸੱਦਿਆ ਸੀ। ਸਾਡੇ ਮਿਨਿਸਟਰ ਸਾਹਿਬ ਦੋਨੋਂ ਨਵਜੋਤੀ ਔਰ ਸੁਖਜਿੰਦਰ ਸੀ, ਔਰ ਸਾਡੇ MLA ਸਾਹਿਬ ਨਵਤੇਜ ਜੀ, ਕਿ ਉਹਨਾਂ ਦੀ ਰਾਏ ਲਈਏ ਕਿ ਜਿਹੜੀ 550 ਸਾਲ ਹੈ ਗੁਰੂ ਪਹਿਲੇ ਪਾਤਸ਼ਾਹੀ ਦਾ, ਉਹ ਕਿਸ ਤਰੀਕੇ ਨਾਲ ਮਨਾਇਆ ਜਾਏ। ਅਤੇ ਹੁਣ ਉਹਨਾਂ ਨੇ 11 ਮੈਂਬਰੀ ਕਮੇਟੀ ਬਣਾਈ ਹੈ, ਉਹ ਸਾਨੂੰ ਸੁਝਾਅ ਦੇਣਗੇ। ਮੁੱਖ ਐਲਾਨ ਕਿਹੜੇ ਹੋਏ ਨੇ ਅੱਜ ਜਿਹੜੇ ਗੁਰਦਾਸਪੁਰ 'ਚ ਮੈਡੀਕਲ ਕਾਲਜ ਦੀ ਗੱਲ ਵੀ ਕਿਹੜੇ ਉਹ ਮੈਂ ਸਾਰੇ ਦੇਤਾ, ਉਹ ਅਨਾਊਂਸ ਕਰ ਚੁੱਕੇ ਹਾਂ, ਕਾਗਜ਼ ਮੇਰੇ ਕੋਲ ਨਹੀਂ ਹੈ, ਪਰ ਅਸੀਂ ਅਨਾਊਂਸ ਕਰ ਚੁੱਕੇ। ਵੈਲ ਗੁਰਦਾਸਪੁਰ ਮੈਡੀਕਲ ਕਾਲਜ 500 ਕਰੋੜ, ਇਸ ਕਿਸਮ ਦਾ ਅਸੀਂ ਸੈਂਟਰ ਤੋਂ 2150 ਕਰੋੜ ਮੰਗਿਆ ਫੋਰ ਵੇਰੀਅਸ ਪ੍ਰੋਜੈਕਟਸ ਕਨੈਕਟਡ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਨਾਲ ਅਸੀਂ ਸੰਬੰਧਿਤ ਜਗ੍ਹਾ ਨੇ, ਉੱਥੇ ਅਸੀਂ ਸੇਵਾ ਕਰਵਾ ਸਕੀਏ। ਵੈਰੀ ਗੁੱਡ, ਵੈਰੀ ਪੋਜ਼ਿਟਿਵ। ਅਗਰ ਕਰਤਾਰਪੁਰ ਸਾਹਿਬ ਦੀ ਉਹ ਕੋਰੀਡੋਰ ਖੁੱਲ੍ਹ ਜਾਏ ਔਰ ਸ਼ਰਧਾਲੂ ਜਾ ਸਕਣ ਤਾਂ ਵਧੀਆ ਗੱਲ ਹੈ। ਦੇਖੋ 550 ਸਾਲ ਤਾਂ ਇੱਕ ਵਾਰ ਜ਼ਿੰਦਗੀ 'ਚ ਆਉਂਦੇ ਬੰਦੇ ਦੇ, ਆਈ ਹੋਪ ਇਟ ਵਿਲ ਬੀ। ਸਾਰੀ ਦੁਨੀਆ ਤੋਂ ਆਉਣਗੇ ਲੋਕ, ਉਸ ਹਿਸਾਬ ਨਾਲ ਤਿਆਰੀਆਂ ਹੋ ਰਹੀਆਂ ਹੋਣਗੀਆਂ ਨਾ। ਤਿਆਰੀਆਂ ਤਾਂ ਪੂਰੀਆਂ ਵੀ ਹੈ, ਮੈਂ ਤਾਂ ਕਮੇਟੀ ਆਊਟ ਆਫ ਦ ਚੀਫ ਸੈਕਟਰੀ, ਜਿਹੜਾ ਪ੍ਰਬੰਧ ਸਾਰਾ ਉਹ ਦੇਖਣ, ਔਰ ਅਸੀਂ ਕਰਾਂਗੇ ਜਿਹੜੇ ਔਰਗਨਾਈਜ਼ਿੰਗ ਆਫ ਸਾਡੇ ਮਿਨਿਸਟਰ ਸਾਹਿਬ ਨੇ, ਵੈਰੇ ਸੀ ਨਵਤੇਜ ਜੀ ਐਂਡ ਸੁੱਖੀ ਜੀ ਵਗੈਰਾ, ਕਿ ਕੀ ਹੋਣਾ ਚਾਹੀਦਾ, ਫਿਰ ਉਹਦਾ ਪ੍ਰਬੰਧ ਚੀਫ ਐਡਮਿਨਿਸਟ੍ਰੇਸ਼ਨ। ਕੈਪਟਨ ਨੇ ਵੀ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਲਈ ਇੱਕ ਬਜਟ ਰੱਖਿਆ ਗਿਆ, ਇਸ ਤੋਂ ਇਲਾਵਾ ਜਦਕਿ ਕੇਂਦਰ ਸਰਕਾਰ ਤੋਂ ਵੀ ਮਦਦ ਮੰਗੀ ਗਈ ਹੈ। ਸੁਲਤਾਨਪੁਰ ਲੋਧੀ ਤੋਂ ਹਰਮਨ ਹੇਅਰ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ TV।